ਓਏ ਅੱਜ ਤੇਰੀ ਭਰਜਾਈ ਨਹੀਂ ਆਈ ਯਾਰ। ਓ ਆਹੋ ਤੇਰੀ ਭਰਜਾਈ ਨਹੀਂ ਆਈ। ਆਹੋ ਤੇਰੀ ਭਰਜਾਈ। ਓ ਤੇਰੀ ਓ ਤੇਰੀ ਓਏ ਓ ਤੇਰੀ ਓਏ ਓਕੇ ਓ ਤੇਰੀ ਭਰਜਾਈ ਓ ਤੇਰੀ ਤੇਰੀ ਨਹੀਂ ਤੁਹਾਡੇ ਦੋਵਾਂ ਦੀ ਨਹੀਂ ਆਈ। ਓਏ ਕੀ ਰੋਲਾ ਪਾਇਆ ਤੁਸੀਂ ਸਬਜ਼ੀ ਮੰਡੀ ਆਏ ਹੋ? ਪਤਾ ਨੀ ਪਾਸ ਕਿਹਨੇ ਕਰਤਾ ਤੁਹਾਨੂੰ? ਸਰ ਮੈਂ ਕਮੀ। ਆਓ ਬੇਟਾ ਆਓ ਆਓ ਜੀ ਆਓ ਜੀ ਆਓ ਜੀ। ਜਾ ਯਾਰ ਪਿੱਛੇ ਜਾ ਉਹਦੇ ਕੋਲ। ਤੁਸੀਂ ਸਾਰੇ ਮੇਰੀ ਗੱਲ ਸੁਣ ਲਓ ਕੰਨ ਖੋਲ ਕੇ। ਅੱਜ ਤੁਹਾਡਾ ਸਕੂਲ ਚ ਪਹਿਲਾ ਦਿਨ ਹੈ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਸੁਭਾਅ ਬਹੁਤ ਤੱਤਾ, ਬਹੁਤ ਹੀ ਜ਼ਿਆਦਾ ਤੱਤਾ। ਲਗਾ ਲਓ ਇੰਨਾ ਤੱਤਾ ਕਿ ਇੰਨਾ ਸੂਰਜ ਹੀ ਤੱਤਾ ਜਿੰਨਾ ਮੇਰਾ ਸੁਭਾਅ ਤੱਤਾ। ਲੈ ਫਿਰ ਤਾਂ ਸਰ ਜੀ ਤੁਹਾਡੇ ਘਰ ਹੀਟਰ ਦੀ ਗੈਸ ਦੀ ਲੋੜ ਹੀ ਨਹੀਂ ਹੋਣੀ। ਕਿਉਂ? ਕਿਉਂਕਿ ਤਵਾ ਤੁਹਾਡੇ ਉੱਪਰ ਰੱਖ ਕੇ ਫੁਲਕੇ ਬਣ ਜਾਂਦੇ ਹੋਣੇ। ਓਏ ਓਏ ਮੈਨੂੰ ਬਹੁਤ ਈਜ਼ੀ ਨਹੀਂ ਲੈਣਾ। ਕੀ ਈਜ਼ੀ ਨਹੀਂ ਲੈਣਾ? ਲੈ ਸਰ ਜੀ ਮੰਮੀ ਤਾਂ ਕਹਿੰਦੀ ਸੀ ਜੈਕਟ ਧੋਣ ਵਾਸਤੇ ਈਜ਼ੀ ਲੈਣਾ, ਤੁਸੀਂ ਕਹਿੰਦੇ ਤੇ ਨਹੀਂ ਲੈਂਦੇ। ਹੁਣ ਕੋਈ ਬਕਵਾਸ ਨੀ ਕਰੂਗਾ, ਨਾਲੇ ਹੁਣ ਸਾਰੇ ਜਣੇ ਆਪਣਾ ਨਾਮ ਤੇ ਮੈਨੂੰ ਆਪਣੀ ਪਸੰਦ ਦੱਸੋ। ਸਰ ਮੇਰਾ ਨਾਮ ਹੈ ਜਗਨ ਤੇ ਸਰ ਮੈਨੂੰ ਜਲੇਬੀ ਪਸੰਦ ਹੈ। ਅੱਛਾ। ਸਰ ਜੀ ਮੇਰਾ ਨਾਮ ਹੈ ਰਮਨ ਤੇ ਮੈਨੂੰ ਵੀ ਜਲੇਬੀ ਪਸੰਦ ਹੈ। ਅੱਛਾ ਅੱਛਾ। ਮੇਰਾ ਨਾਮ ਹੈ ਦਿਲਜੀਤ, ਮੈਨੂੰ ਵੀ ਜਲੇਬੀ ਪਸੰਦ ਹੈ। ਅੱਛਾ। ਸਰ ਜੀ ਮੇਰਾ ਨਾਮ ਹੈ ਵਿਗਿਆਤ, ਮੈਨੂੰ ਵੀ ਜਲੇਬੀ ਪਸੰਦ ਹੈ। ਚਲੋ ਨਾਮ ਤੱਕ ਤਾਂ ਠੀਕ ਹੈ ਪਰ ਸਾਰੇ ਨੂੰ ਜਲੇਬੀ ਕਿਉਂ ਪਸੰਦ ਹੈ? ਸਰ ਜੀ ਮੇਰਾ ਨਾਮ ਹੀ ਜਲੇਬੀ ਹੈ। ਓ ਨੋ। ਹੁਣ ਬੰਦੇ ਦੇ ਪੁੱਤ ਬਣ ਗਏ, ਮੈਨੂੰ ਸਾਰੇ ਜਾਣੇ ਵਾਰੀ ਵਾਰੀ ਦੱਸੋ ਤੁਸੀਂ ਵੱਡੇ ਹੋ ਕੇ ਬਣਨਾ ਚਾਹੁੰਦੇ ਹੋ? ਸਰ ਜੀ ਮੈਂ ਤੇ ਵੱਡੇ ਹੋ ਕੇ ਮਾਸਟਰ ਬਣਨਾ ਤੁਹਾਡੇ ਦਾ। ਓ ਨੋ। ਵੈਰੀ ਗੁੱਡ ਵੈਰੀ ਗੁੱਡ ਬੱਚੇ ਵੈਰੀ ਗੁੱਡ। ਮੈਨੂੰ ਤੇਰੀ ਸ਼ਕਲ ਵੇਖ ਕੇ ਲੱਗਦਾ ਸੀ ਤੂੰ ਜ਼ਿੰਦਗੀ ਚ ਕੁਝ ਕਰੇਗਾ, ਮਾਸਟਰ ਬਣ ਕੇ ਤੂੰ ਗਰੀਬ ਬੱਚਿਆਂ ਨੂੰ ਪੜਾਏਗਾ। ਵਾਹ ਵਾਹ ਬੱਚੇ ਵਾਹ, ਕੀ ਬਾਤ ਹੈ। ਨਾ ਸਰ ਜੀ ਇਹ ਗਰੀਬ ਬੱਚੇ ਪੜਾਣੇ, ਮੇਰਾ ਤੇ ਖਵਾਬ ਸੀ ਡਾਨ ਬਣਾ, ਮਗਰ ਡਾਨ ਦੇ ਕੰਮ ਇੱਜ਼ਤ ਨਹੀਂ ਹੈ ਸਰ। ਤੁਹਾਡਾ ਕੰਮ ਠੀਕ ਹੈ ਸਰ, ਪੂਰੀ ਦਿਹਾੜੀ ਬੱਚੇ ਕੁੱਟਦੇ ਚਲੀਏ ਕੁੱਟਦੇ ਚਲੀਏ। ਬੱਚੇ ਕੁੱਟ ਮੈਂ ਇਸ ਬੱਚੇ ਕੁੱਟਦਾ ਬੱਚੇ ਕੁੱਟਦਾ ਕੁੱਟੇ ਕਿੱਡੇ ਕੁੱਟੇ ਮੈਨੂੰ ਸਰ। ਇਹ ਨੇ ਬੜੀ ਪੱਪੀਆਂ ਕਰਕੇ ਗਏ ਹੋ ਤੁਸੀਂ, ਇਹ ਕੁੱਟੀ ਹੋਏ ਆ। ਤੂੰ ਕੀ ਬਣਨਾ ਓਏ? ਓ ਸਰ ਜੀ ਮੈਂ ਨਾ ਵੱਡਾ ਕੇ ਡਾਕਟਰ ਬਣਾਂਗਾ, ਡਾਕਟਰ। ਓ ਨੋ। ਵਾਹ ਡਾਕਟਰ, ਮਤਲਬ ਕੀ ਭਗਵਾਨ, ਮਤਲਬ ਕੀ ਗਰੀਬਾਂ ਦਾ ਇਲਾਜ ਤੂੰ ਮੁਫਤ ਕਰੇਗਾ? ਮੈਂ ਅੱਖ ਵੇਖ ਕੇ ਵਿਚਾਰਿਆ ਤੇਰੀ ਬੱਚੇ, ਤੂੰ ਵਧੀਆ ਕੰਮ ਕਰੇਗਾ, ਡਾਕਟਰ ਬਣੇਗਾ। ਸ਼ਾਬਾਸ਼ 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 ਬੱਚੇ ਸ਼ਾਬਾਸ਼। ਓ ਨਾ ਸਰ ਜੀ ਗਰੀਬਾਂ ਦਾ ਮੁਫਤ ਇਲਾਜ, ਮੈਂ ਤਾਂ ਸੁਣਿਆ ਇਸ ਕੰਮ ਚ ਪੈਸਾ ਹੀ ਬਹੁਤ ਹੈ, ਪੇਸ਼ੈਂਟ ਨੂੰ ਬੋਲੋ ਕਿ ਪੱਥਰੀ ਹੈ ਤੇ ਭਾਵੇਂ ਉਹਦੀ ਕਿਡਨੀ ਕੱਢ ਲਓ ਕੋਈ ਪਤਾ ਨਹੀਂ ਲੱਗਦਾ। ਮੈਨੂੰ ਲੱਗਦਾ ਸਰ ਤੇਰੇ ਪੈਸਿਆਂ ਤੋਂ ਸੜਦੇ। ਤੁਹਾਡਾ ਮੁੰਡਿਆ ਕੁਝ ਨਹੀਂ ਬਣ ਸਕਦਾ, ਮੈਂ ਲਾ ਲਿਆ ਸਾਹਿਬ। ਚਲੋ ਛੱਡੋ ਤੁਸੀਂ। ਹਾਂ ਜਲੇਬੀ ਬੱਚੇ ਤੂੰ ਕੀ ਬਣਨਾ ਵੱਡੇ ਹੋ ਕੇ? ਸਰ ਮੈਨੂੰ ਚਾਂਦ ਬਹੁਤ ਪਸੰਦ ਹੈ। ਓ ਨੋ। ਇਸ ਲਈ ਮੈਂ ਐਸਟ੍ਰੋਨੌਟ ਬਣਨਾ ਚਾਹਤੀ ਹੂੰ ਔਰ ਮੈਂ ਚਾਂਦ ਪਰ ਜਾਣਾ ਚਾਹਤੀ ਹੂੰ। ਓ ਵੇਖੋ ਸਿੱਖੋ ਸਿੱਖੋ ਕੁਝ, ਇੱਕ ਕਿਡਨੀ ਕੱਢਣ ਨੂੰ ਫਿਰਦਾ, ਇੱਕ ਬੱਚਿਆਂ ਨੇ ਕੁੱਟਣ ਨੂੰ ਫਿਰਦਾ, ਸਿੱਖੋ ਕੁਝ। ਸ਼ਾਬਾਸ਼ ਬੱਚੇ ਬਹਿ ਜਾ, ਤੂੰ ਬੜਾ ਟਾਟਾ ਕਰਨ ਦਿਆ ਸੀ ਬਈ, ਤੂੰ ਸੁਣਾ ਪਹਿਲੇ ਤੂੰ ਕੀ ਬਣਨਾ ਚਾਹੁੰਦਾ? ਲੋ ਸਰ ਜੀ ਪਹਿਲਾਂ ਤਾਂ ਮੈਂ ਕੁਛ ਹੋਰ ਹੀ ਬਣਨਾ ਸੀ ਪਰ ਮੈਂ ਹੁਣ ਸੋਚਦਾ ਚੰਦਰਮਾ ਹੀ ਬਣ ਜਾ। ਇਹ ਵੀ ਚਾਲੂ ਹੈ।